ਸਤਿ ਸ਼੍ਰੀ ਅਕਾਲ ਦੋਸਤੋ। ਜਿਵੇਂ ਬਾਈ ਸਾਰੇ ਹੁਣ ਝੋਨਾ ਲਾਈ ਜਾਂਦੇ ਆ ਨਾ, ਤਰੀਕਾਂ ਲਗਭਗ ਸਾਰਿਆਂ ਦੀਆਂ ਆ ਗਈਆਂ, ਝੋਨਾ ਲੱਗੀ ਜਾਂਦਾ, ਆਪਣੇ ਮਾਲ ਵਿੱਚ ਵੀ ਲੱਗੀ ਜਾਂਦਾ, ਅਤੇ ਜਿੰਨੇ ਮਾਨਸਾ ਦੇ ਨੇੜੇ ਤੇੜੇ ਵਾਲੇ ਬਾਈ ਹੈਗੇ ਨੇਗੇ, ਕਿਸੇ ਨੂੰ ਫੱਕ ਚਾਹੀਦੀ ਹੈ ਤਾਂ ਬਾਈ ਕੋਲ ਪਨੀਰੀ ਤਿਆਰ ਆ ਬਿਲਕੁਲ, ਠੀਕ ਹੈ। ਅਤੇ ਗਾਂ ਜਿਹੜੀ ਪਛੇਤੀ ਲਾਉਣੀ ਹੈ ਤੁਸੀਂ ਉਹਦੀ ਵੀ, ਮੈਨੂੰ ਤਾਂ ਕੱਲ੍ਹ ਬੀਜੀ ਹੈ ਨਾ ਬਾਈ, ਕੱਲ੍ਹ ਬੀਜਤੀ। ਅਤੇ ਬਾਈ ਆਪਾਂ ਅਜੇ ਕੋਲ ਹੈਗੇ ਪਿੰਡ ਸਰਦੂਲੇ ਵਾਲਾ, ਅਤੇ ਸਾਰੀ ਗੱਲਬਾਤ ਕਰਾਉਂਦੇ ਵੀ ਕਿਹੜੀ ਕਿਹੜੀ ਵਰਾਇਟੀ ਹੈਗੀ, ਕਿਵੇਂ ਰੇਟ ਮਿਲਣਾ ਗਾ। ਤਾਂ ਪੰਪ ਹੈ ਜਿਹੜਾ ਟਿੱਬੀ ਹਰੀ ਸਿੰਘ ਵਾਲਾ, ਉਹ ਤੋਂ ਬਸ ਅੱਗੇ ਬਾਈ ਦਾ ਪਾਣੀ ਆਉਂਦਾ ਗਾ, ਜਦੋਂ ਆਪਾਂ ਸਰਸੇ ਨੂੰ ਜਾਂਦੇ ਹਾਂ ਤਾਂ ਸੱਜੇ ਹੱਥ ਮੇਨ ਰੋਡ ਦੇ ਜਮ੍ਹਾਂ ਉੱਥੇ ਹੈਗਾ। ਅਤੇ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਮੋਬਾਈਲ ਨੰਬਰ ਪਹਿਲਾਂ ਹੀ ਬੋਲ ਦਿਓ, ਕਿਉਂਕਿ ਬਾਅਦ 'ਚੋਂ ਅਗਲਾ ਫਿਰ ਕੰਟੈਕਟ ਕਰਨਾ ਸੌਖਾ ਹੋ ਜਾਂਦਾ। ਨਮਸਕਾਰ ਜੀ ਸਾਰਿਆਂ ਨੂੰ, ਆਪਣਾ ਮੋਬਾਈਲ ਨੰਬਰ 98-785-99-724। ਹਾਂਜੀ ਪੱਕ ਲੈਣੇ ਜੀ ਅਤੇ ਕੰਟੈਕਟ ਕਰੋ ਜੀ। ਇਹ ਆਪਣੇ ਕੋਲ ਵੀ ਊਸ਼ਾ 44 ਜੀ, ਹਾਂਜੀ ਪੀਲੀ ਊਸ਼ਾ ਜੀ, ਹਾਂਜੀ 212 ਜੀ, 1509-126-126 10 ਦਿਨਾਂ ਤਾਂ ਤਿਆਰ ਆ ਜੀ। ਛੇਤੀ ਵਰਾਇਟੀ ਹੈ ਥੋੜ੍ਹੀ ਜੀ। ਆ ਜਾਓ ਬਈ ਆਪਾਂ ਨਲਦਾ ਨਾ ਫੱਕ ਦਿਖਾਗੇ। ਹਾਂਜੀ ਅਤੇ ਜਿਵੇਂ ਹੁਣ ਆਹਾ ਬਈ ਹੈ ਨਾ, ਹਾਂਜੀ ਹਾਂਜੀ, ਇਹ ਊਸ਼ਾ 44 ਹੈ ਜੀ। ਜਿਵੇਂ ਇਹ ਊਸ਼ਾ 44 ਹੈ, ਹਾਂ ਊਸ਼ਾ 44 ਜੀ। ਇਹ ਜਮ੍ਹਾਂ ਤਿਆਰ ਆ ਹੁਣ? ਇਹ ਤਿਆਰ ਆ ਜੀ, ਇਹ ਨੰਬਰ ਦੀ ਬੰਦਾ ਅੱਜ ਲੈ ਜੇ। ਹਾਂਜੀ ਹਾਂਜੀ ਠੀਕ ਆ ਬਾਈ, ਚਾਹੇ ਬੰਦਾ ਬਾਈ ਅੱਜ ਲੈ ਜਾਓ, ਆ ਕੇ ਕਿਸੇ ਨੇ ਵੀ ਲੈ ਕੇ ਜਾਣੀ ਆ ਫੱਕ, ਤਾਂ ਇਹ ਵਾਲੀ ਤਿਆਰ ਹੈ। ਹੋਰ ਕਿਹੜੀ ਕਿਹੜੀ ਵਰਾਇਟੀ ਆ ਆਪਣੇ ਕੋਲ ਜਮ੍ਹਾਂ ਤਿਆਰ ਬਈ ਅੱਜ ਬੱਟਣ ਵਾਲੀ? ਬਾਈ ਨੰਬਰ 1 ਪਾਣੀ ਵਾਲੀ ਵਰਾਇਟੀ, ਇਹ ਐਂ ਬੋਲ ਦੂਜੀ, ਫਿਰ ਅਗਲਾ ਕਹਿੰਦਾ ਕੋਈ ਨਾ ਵੀ ਪਾਣੀ ਪਾਣੀ ਵਾਲੀ ਵੀ ਦੱਸ ਦਿੰਦੇ ਆ। ਬਾਈ ਕਹਿੰਦਾ ਵੀ ਜਮ੍ਹਾਂ 1 ਨੰਬਰ ਪਾਣੀ ਵਾਲੀ ਵਰਾਇਟੀ ਹੈਗੀ, ਹਾਂਜੀ ਕੋਈ ਗੱਲ ਜੋ ਚਿੰਤਾ ਕਰਨ ਦੀ ਲੋੜ ਹੈ, 90+ ਝਾੜ ਵਾਲੀ ਹੈ, ਠੀਕ ਹੈ ਨਾ। ਇਹ ਆ ਗਈ ਆਪਣੇ ਕੋਲ 212 ਜੀ, ਆਹ 212, ਹਾਂਜੀ ਇਹ ਵੀ ਜਮ੍ਹਾਂ ਤਿਆਰ ਹੋ ਗਈ ਤਿਆਰ ਆ, ਸਾਰੀ ਤਿਆਰ ਆ ਜੀ। ਅੱਜ ਦੀ ਘੜੀ ਬਾਈ ਜੇ ਕੋਈ ਲੈ ਕੇ ਜਾਣੀ ਚਾਹੁੰਦਾ ਗਾ, ਕਈ ਬਾਈਆਂ ਦੇ ਕੀ ਹੁੰਦਾ ਨਾ, ਫੱਕ ਖਰਾਬ ਹੋ ਜਾਂਦੀ ਆ, ਪਹਿਲੀਆਂ 'ਚ ਗੰਡੋਆ ਪੈ ਗਿਆ ਜਾਂ ਕੁਛ ਹੋਰ ਹੋ ਗਿਆ ਨਾ, ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਬਾਈ, ਅਜੇ ਕੋਲ ਆ ਜਾਓ ਅਤੇ ਪਨੀਰੀ ਵਧੀਆ ਵਾਜਬ ਰੇਟ 'ਤੇ ਤੁਹਾਨੂੰ ਆਪ ਨੂੰ ਪਤਾ ਲੱਗ ਜੂ ਯਾਰ ਵੀ ਗਾਹਾਂ ਰੇਟ ਕੀ ਚੱਲਦੇ ਨੇ ਅਤੇ ਬਾਈ ਕੋਲ ਕੀ ਚੱਲਦਾ ਗਾ। ਬਾਈ ਜੇ ਮਰਲੇ ਦਾ ਰੇਟ ਮੰਨ ਕੇ ਚਲੋ ਆਪਾਂ ਕਹੀਏ, ਕਿੰਨਾ ਕੁ ਰੇਟ ਦਿੰਦੇ ਹੋ ਵੀਰੇ? 1000 ਰੁਪਈਏ ਮਰਲਾ ਦਿੰਦੇ ਹਾਂ, ਬਾਕੀ 150 ਮੁੱਕ ਦੇ ਘਟਾਇਆ ਜਾਂਦਾ। ਓਕੇ ਜਮ੍ਹਾਂ ਫਿਰ ਜਾਇਜ਼ ਰੇਟ ਹੈ ਅੱਗੇ, ਮੈਨੂੰ ਲੱਗਦਾ ਜ਼ਿਆਦਾ ਨਹੀਂ, ਚੱਲ ਆਪਾਂ ਨਾਂ ਨਹੀਂ ਲੈਂਦੇ, ਪਰ ਮੈਨੂੰ ਪਤਾ ਹੈਗਾ ਵੀ ਗਾਹਾਂ ਰੇਟ ਜ਼ਿਆਦਾ ਜਾਂਦੇ ਆ। ਉਹ ਤਾਂ ਅਗਲਾ ਆਪੇ ਪਤਾ ਤਸੱਲੀ ਕਰੂਗਾ ਜੀ ਨੇ ਲੈਣੀ ਹੈ ਚੀਜ਼, ਹੈ ਨਾ। ਹਾਂ ਉਹ ਆਪਣੇ ਤਾਂ ਅਗਲਾ ਕਰਦਾ ਨਹੀਂ, ਜਿੱਥੋਂ ਮਰਜ਼ੀ ਜੀ ਕਰਿਆ ਵੇ, ਆਪਣਾ 100-200 ਘੱਟ ਹੀ ਹੋਊਗਾ ਜੀ, ਘੱਟ ਹੋਊਗਾ ਲੋਕਾਂ ਨਾਲੋਂ, ਵੀ ਤੁਹਾਡਾ ਵੀ ਫਾਇਦਾ ਹੈਗਾ ਬਈ ਨਾਲ, ਅਤੇ ਨਾਲ ਬਾਈ ਦਾ ਫਾਇਦਾ ਹੋ ਜਾਂਦਾ ਹੈਗਾ। ਅਤੇ ਜਿਵੇਂ ਹੁਣ ਆਹ 212 ਕਿਹੜੀ ਆ? 212 ਜੀ, 212 ਤਿਆਰ ਆ, ਹੈ ਨਾ ਬਿਲਕੁਲ। ਅੱਜ ਦੀ ਘੜੀ ਊਸ਼ਾ 44 ਤਿਆਰ ਆ ਜੀ, ਊਸ਼ਾ 44 ਤਿਆਰ ਆ, ਪੀਲੀ ਊਸ਼ਾ ਤਿਆਰ ਆ ਜੀ, ਪੀਲੀ ਊਸ਼ਾ ਵੀ ਤਿਆਰ ਆ, 1509 ਵੀ, ਬਸ ਅਸੀਂ ਆਪ ਨੇ ਵੀ ਲਾਉਣੀ ਆ ਜੀ 10 ਕਿੱਲੇ, ਐਵੇਂ ਕਰੀਏ ਉਹ ਵੀ ਤਿਆਰ ਹੀ ਆ, ਮਾਰੋ 5-7 ਦਿਨ ਲਊ, 126 ਵੀ 10 ਦਿਨ ਲਊ। 1509 5-7 ਦਿਨਾਂ ਤੱਕ ਤਿਆਰ ਆ ਬਾਈ, ਜੇਕਰ ਉਹ ਵੀ ਲਾਉਣੀ ਹੈ ਤਾਂ ਤੁਸੀਂ 6-7 ਦਿਨਾਂ ਤੱਕ ਲੈ ਸਕਦੇ ਹੋ, ਹੈ ਨਾ ਬਾਈ। ਅਤੇ ਆਹਾ ਹੁਣ ਆਪਾਂ ਬਾਈ ਅੱਗੇ ਆਹ ਕਿਹੜੀ ਬੀਜ ਦਿੱਤੀ ਹੁਣ? ਇਹ ਆਪਣਾ ਜੀ 126 ਆ ਜੀ, ਬਾਸਮਤੀ 26 ਅਤੇ ਬਾਸਮਤੀ, ਹਾਂ 1509 1500 17 ਸੋਰੀ 1690 ਜੀ, ਹਾਂਜੀ 1692 ਸ਼ਾਇਦ, ਅਤੇ 1718 ਜੀ, 1718 ਇਹ ਤਾਂ ਮੈਨੂੰ ਲੱਗਦਾ ਕੱਲ੍ਹ ਸਿੱਟੀ ਜਾਂਦੇ ਸੀ, ਹੈ ਨਾ ਬਾਈ? ਪਰਸੋਂ ਜੀ, ਪਰਸੋਂ, ਹਾਂਜੀ ਹਾਂ, ਕੱਲ੍ਹ ਤਾਂ ਹਾਂ ਠੀਕ ਆ, ਪਰਸੋਂ ਸੀ, ਪਰਸੋਂ ਸਿੱਟੀ ਹੈ, ਕੱਲ੍ਹ ਸੋਮਵਾਰ ਆ ਨਾ, ਇਹ ਪਛੇਤੀ ਆ ਜੂ ਜੀ, ਮੰਨ ਕੇ ਇਹ ਪਛੇਤੀ ਹੈ ਜਿਹੜੀ, ਉਹ ਹੈ ਚੜ੍ਹਦੇ ਸੋਣਾ ਜੀ। ਇਹ ਕਿੰਨੇ ਕੁ ਦਿਨਾਂ ਦੇ ਵਿੱਚ ਬਾਈ ਰੈਡੀ ਹੋ ਜਾਣੀ ਹੈ? ਇਹ ਮਹੀਨੇ ਦੇ ਵਿੱਚ ਰੈਡੀ ਹੋ ਜਾਣੀ ਹੈ ਜੀ, ਮਹੀਨੇ ਦੇ ਵਿੱਚ ਜਮ੍ਹਾਂ ਤਿਆਰ ਹੋ, ਜਮ੍ਹਾਂ ਤਿਆਰ ਹੋ ਜੂ ਜੀ। ਠੀਕ ਆ ਬਾਈ, ਅਤੇ ਜੇ ਇਹ ਹੁਣ ਆਪਾਂ ਕਿੰਨੀ ਬੀਜਤੀ ਬਾਈ? ਇਹ ਆਪਣੇ ਕੋਲ 2 ਕਿੱਲੇ ਹੋ ਗਈ ਜੀ, 2 ਕਿੱਲੇ ਵੀ, ਮੰਨ ਲਓ ਕਿੱਲਾ ਇਹ ਹੋ ਗਈ, ਕਿੱਲਾ ਰੈਡੀ, ਮੰਨ ਲਓ 6-7 ਕਨਾਲਾ ਰੈਡੀ ਹੈ, ਥੋੜ੍ਹੀ ਛੇਤੀ ਉਹ ਉੱਗਰੀ ਖੜੀ ਹੈ ਨਾ। ਠੀਕ ਆ ਬਾਈ, ਹਾਂਜੀ 1 ਕਿੱਲਾ ਫੱਕ ਬਾਈ ਖੜੀ ਹੈਗੀ ਇਹ ਵੀ, ਅਤੇ ਮਹੀਨੇ ਨੂੰ ਇਹ ਬਿਲਕੁਲ ਤਿਆਰ ਹੋਜੂ। ਜਿਹੜੇ ਬੰਦਿਆਂ ਨੇ ਪਛੇਤੀ ਲਾਉਣੀ ਹੈਗੀ ਉਹ ਬੰਦੇ ਵੀ ਲਾ ਸਕਦੇ ਹੋਗੇ, ਅਤੇ ਬਾਈ ਨੂੰ ਕਾਲ ਕਰ ਲਿਓ। 28-29 ਦਿਨਾਂ ਦੀ ਫੱਕ ਹੈ ਜੀ, ਕੋਈ ਐਂ ਨਹੀਂ ਆਪਾਂ ਕਹਿ ਦਈਏ 40-45 ਦਿਨਾਂ ਦੀ, ਆਪਾਂ ਕੱਚੀ ਫੱਕ ਹੈ ਤੁਹਾਡੇ ਸਾਹਮਣੇ ਜੀ, 28-29 ਦਿਨਾਂ ਦੀ, 28-29 ਦਿਨਾਂ ਦੀ ਫੱਕ ਜੀ ਬਾਲੀ, ਵੀ ਕੋਈ ਉਹ ਨਹੀਂ ਹੈ ਨਾ ਵੀ ਅਗਲਾ ਕਹਿੰਦੇ ਵੀ ਪੱਕੀ ਦੇ ਦਿੱਤੀ ਬਈ ਜਾਏ, ਹੈ ਨਾ, ਬਾਕੀ ਵਾਲੀ ਕੋਈ ਗੱਲ ਨਹੀਂ, ਜਮ੍ਹਾਂ ਕੱਚੀ ਫੱਕ ਹੈਗੀ। ਅਤੇ ਰੇਟ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਬਾਈ, ਕਹਿੰਦਾ ਵੀ ਮਰਲੇ ਦਾ ਆਪਾਂ 1000 ਰੁਪਈਆ ਲੈਣਾ, ਬਾਕੀ ਉਹ 'ਚੋਂ ਵੀ ਜੇ ਕਈ ਵਾਰ ਕੋਈ ਹੈ ਨਾ ਬੰਦਾ ਇਹੋ ਜਿਹਾ ਗਾ ਵੀ ਜਿਹੜਾ ਚਲੋ ਫਾਈਨੈਂਸ਼ੀਅਲ ਤੌਰ 'ਤੇ ਥੋੜ੍ਹਾ ਜਿਹਾ ਕਮਜ਼ੋਰ ਹੈਗਾ, 150 ਕੋਈ ਗੱਲ ਨਹੀਂ, ਮੌਕੇ 'ਤੇ ਵੀ ਲੈਸ ਹੋ ਜਾਂਦਾ ਗਾ। ਅਤੇ ਭਾਈ ਬਾਈ ਨੂੰ ਕਾਲ ਕਰ ਲਿਓ, ਅੱਜ ਹੀ ਬੁੱਕ ਕਰ ਲਿਓ, ਜਿਹੜੇ ਬੰਦੇ ਨੇ ਅੱਜ ਦੀ ਘੜੀ ਅੱਜ ਜਾਂ ਕੱਲ੍ਹ 'ਚ ਤੁਸੀਂ ਲਾ ਰਹੇ ਹੋਗੇ ਝੋਨਾ, ਤਾਂ ਤੁਹਾਡੇ ਕੋਲ ਫੱਕ ਘੱਟ ਗਈ ਜਾਂ ਖਰਾਬ ਹੋ ਗਈ ਤਾਂ ਬਾਈ ਅਜੇ ਨੂੰ ਫੋਨ ਕਰਕੇ ਇੱਥੋਂ ਆ ਕੇ ਲੈ ਜਾਓ। ਸਰਦੂਲੇ ਵਾਲਾ ਟਿੱਬੀ ਹਰੀ ਸਿੰਘ ਵਾਲਾ ਜਿਹੜਾ ਪੰਪ ਹੈਗਾ, ਉਹ ਤੋਂ ਨਾਲ ਹੀ ਬਸ ਇੱਕ ਕੋਠੀ ਹੈ, ਕੋਠੀ ਦੇ ਨਾਲ ਬਾਈ ਦਾ ਵਨ ਸਟਾਰਟ ਆ ਨਾ ਬਾਈ, ਉਦੋਂ ਗਾ ਤੁਹਾਡੇ ਹੀ ਆ ਗਿਆ, ਆਪਣੇ ਆ ਗਿਆ ਸਾਰਾ ਪਟਾ, ਆ ਸਾਰਾ ਪਟਾ ਮਤਲਬ ਪੰਪ ਤੋਂ ਬਾਅਦ ਸਾਰਾ ਬਾਈ ਦਾ ਗਾ, ਅਤੇ ਉੱਥੇ ਫੱਕ ਲੱਗੀ ਤੁਹਾਨੂੰ ਦਿਸ ਜੂਗੀ, ਅਤੇ ਤੁਸੀਂ ਉੱਥੇ ਆ ਕੇ ਫੋਨ ਕਰ ਲਿਓ, ਬਾਈ ਤੁਹਾਡੇ ਕੋਲ ਖੇਤ ਹੀ ਆ ਜੂ, ਅਤੇ ਨਾਲ ਦੀ ਨਾਲ ਤੁਸੀਂ ਆਪਦਾ ਦੇਖ ਕੇ ਪੱਟ ਸਕਦੇ ਹੋ ਫੱਕ।
ਤੇ ਹੋਰ ਬਈ ਤੁਸੀਂ ਇੱਥੇ ਮਤਲਬ ਅੱਗੇ ਹੋਰ ਕੀ ਚੀਜ਼ ਲਾਉਨੇ ਹੋਗੇ? ਇੱਥੇ ਆਪਾਂ ਗੰਡਿਆਂ ਦੀ ਫੱਕ ਵੀ ਲਾਉਨੇ ਆ ਜੀ। ਗੰਡਿਆਂ ਦੀ ਫੱਕ ਲਾਉਨੇ? ਗੰਡਿਆਂ ਦੀ ਫੱਕ ਜੇ ਗੰਡੇ ਮਤਲਬ ਗੰਡੇ ਦੀ ਫੱਕ ਸੀ ਸਾਰੇ ਜੀ। ਇੱਧਰ ਜਿਵੇਂ ਤੁਹਾਡੇ ਕੋਲ ਗੰਡੇ ਸੀਗੇ? ਹਾਂਜੀ, ਉਹ ਪਿਛਲੇ ਉੱਥੇ ਪਨੀਰੀ ਸੀ ਗੰਡਿਆਂ ਦੀ ਜੀ, ਵਧੀਆ ਵਿਕਦੀ ਆਪਣੀ, ਉਹਦਾ ਵੀ ਆਪਣੇ ਵਾਜਬੀ ਰੇਟ ਹੁੰਦੇ ਜੀ। ਵਾਜਬੀ ਰੇਟ ਹੁੰਦਾ, ਦੂਜਿਆਂ ਨਾਲੋਂ ਘੱਟ ਹੀ ਰੱਖਦੇ ਆ। ਫੁੱਲ ਫੱਤਾ ਆਪਣੇ ਕੋਲ ਅੱਧਾ ਪਿੰਡ ਲੈ ਜਾਂਦਾ ਜੀ। ਹਾਂ, ਫੱਤੇ ਦੇ ਤਾਂ ਖਰ ਬਹੁਤ ਹੁੰਦੇ ਆ ਬਾਈ। ਬਾਕੀ ਯਾਰ ਆਇਆ ਯਾਰ, ਆਪਾਂ ਤੁਹਾਨੂੰ ਦੱਸਿਆ ਜ਼ਿਮੀਂਦਾਰ ਆ, ਕੋਈ ਆਇਆ ਨਹੀਂ ਵੀ ਵਪਾਰੀ ਕੱਪੜੇ ਲਾਉਣੇ ਅਗਲੇ ਦੇ। ਹਾਂ ਵੀ ਜਿਹਨੂੰ ਪਤਾ ਨਹੀਂ ਹੈਗਾ ਕੁਝ ਵੀ ਜੱਟ ਕੋਲੇ ਕਿੰਨਾ ਕੁ ਪੈਸਾ ਹੈਗਾ ਜਾਂ ਕਿ ਬਾਕੀ ਉਹਨਾਂ ਆਪ ਖੇਤੀ ਕਰਦੇ ਆ, ਆਪਾਂ ਨੂੰ ਪਤਾ ਵੀ ਕਿੰਨੀ ਕੁ ਬਚਦੇ ਆ, ਕਿੰਨੀ ਕੁ ਕਮਾਈ ਹੁੰਦੀ ਆ ਪਤੀ ਯਾਰ। ਹਾਂ ਹਾਂ ਬਾਈ, ਲੋਕਾਂ ਨੂੰ ਬਾਈ ਧਿਆਨ ਚ ਰੱਖਦੇ ਹੋਈ ਬਾਈ ਹੁਣੀ ਰੇਟ ਰੱਖਦੇ ਨੇ ਕੋਈ ਇਹ। ਬਾਕੀ ਇੱਕ ਗੱਲ ਆਏ ਆ, ਕੋਈ ਆਏ ਨਹੀਂ ਵੀ ਇਹਦਾ ਆਏ ਸਾਲ ਆਉਣੀ ਹੈ ਖੇਤੀ ਤੋਂ ਕੀ ਕੱਪੜੇ ਲਾ ਲਾਂਗੇ ਮੁੜ ਕੇ, ਉਹੀ ਗੱਲ। ਹਾਂ, ਗਾਹਾਂ ਨੂੰ ਕੌਣ ਆਊਗਾ? ਹਾਂ, ਕੋਈ ਨਹੀਂ ਆਉਂਦਾ ਜੀ। ਬਾਕੀ ਆਪਾਂ ਕਹਿੰਦੇ ਪਰਮਾਤਮਾ ਅਗਰ ਵੀ ਅਗਲੇ ਦੇ ਚੰਗੀ ਹੋਵੇ ਜੀ, ਹੈ ਨਾ। ਹਾਂ, ਆਪਣਾ ਗਾਹਾਂ ਵਧੇ ਆਪਣੇ ਨਾਲ ਜੁੜੇ। ਹਾਂਜੀ, ਠੀਕ ਆ ਬਾਈ, ਠੀਕ ਆ। ਅਤੇ ਬਾਈ ਦੇਖੋ, ਕਿਸਾਨ ਦੀ ਮਦਦ ਇਹੀ ਹੁੰਦੀ ਹੈਗੀ ਵੀ ਜੇਕਰ ਕਿਸਾਨ ਤੁਹਾਡੇ ਵਾਸਤੇ ਹੈ ਨਾ ਫਾਇਦੇ ਵਾਸਤੇ ਕੁਛ ਕਰ ਰਿਹਾ ਹੈਗਾ। ਹੁਣ ਬਾਈ ਤੁਹਾਨੂੰ ਬਹੁਤ ਵਧੀਆ ਰੇਟਾਂ 'ਤੇ ਫੱਕ ਦੇ ਰਿਹਾ ਹੈਗਾ, ਜਮਾਂ ਤਿਆਰ ਪਰ ਤਿਆਰ ਖੜੀ ਆ। ਤੁਸੀਂ ਅੱਜ ਕੱਲ੍ਹ ਪਰਸੋਂ ਜਦੋਂ ਵੀ ਪੱਟ ਕੇ ਲੈ ਜਾਣੀ ਹੈ ਕਿ ਲਿਜਾ ਸਕਦੇ ਹੋ, ਬਾਈ ਨਾਲ ਕੰਟੈਕਟ ਕਰ ਲਿਓ। ਅਤੇ ਵੱਧ ਤੋਂ ਵੱਧ ਸੇਵਾ ਦਾ ਮੌਕਾ ਦੇਣਾ ਗਾ, ਜੇ ਆਪਾਂ ਸਾਥ ਦੇਵਾਂਗੇ ਫੇਰ ਹੀ ਕੋਈ ਕਿਸਾਨ ਕੰਮ ਬਾਕੀ ਇੱਕ ਵਾਰੀ ਬੰਦਾ ਵਰਤ ਕੇ ਦੇਖੇ ਹੀ ਪਤਾ ਲੱਗ। ਬਾਕੀ ਵਰਤ ਕੇ ਦੇਖੋ ਬਾਈ ਹੋਣਾ ਨਾਲ, ਕੋਈ ਚੱਕਰ ਵਾਲੀ ਗੱਲ ਨਹੀਂ, 100% ਟਰਸਟਡ ਬੰਦੇ ਨੇਗੇ। ਠੀਕ ਹੈ ਜੀ, ਧੰਨਵਾਦ ਜੀ। ਅਤੇ ਬਾਈ ਦੇ ਪਾਰਟਨਰ ਕੋਲ ਜੀ ਹੱਥ ਦੇ ਝਾੜੇ ਹੋਏ ਆਪਦੇ ਖੇਤੋਂ, ਹੈ ਨਾ, ਆਪੇ ਤਿਆਰ ਕਰਿਆ ਹੋਇਆ, ਘਰੇ ਤਿਆਰ ਕਰਿਆ ਹੋਇਆ ਬੀਜ ਹੈਗਾ। PR 126 ਮਿਲ ਜੂਗਾ, 1509, 1718 ਇਹ ਤਿੰਨੇ ਬੀਜ ਤੁਹਾਨੂੰ ਬਾਈ ਕੋਲੋਂ ਮਿਲ ਜਾਣਗੇ ਪਿਛੇਤੀਆਂ ਦੇ। ਅਤੇ ਜੇ ਕਿਸੇ ਨੇ ਬੀਜ ਵੀ ਲੈਣਾ ਗਾ ਤਾਂ ਬਾਈ ਹੁਣਾਂ ਨਾਲ ਕੰਟੈਕਟ ਕਰ ਲਿਓ, ਮੈਂ ਨੰਬਰ ਆਹ ਲਾਸਟ ਵਾਲੀ ਵੀਡੀਓ ਦੇ ਉੱਤੇ ਦੇ ਦਿੰਦਾ ਜੀ।